ਸੋ ਲੋਡ ਵੀਰੇ ਉਹ ਚੱਕ ਲਿਆ ਤੇ ਇਹਦੇ ਵਿੱਚ ਆਪਾਂ ਕੀ ਕਰਨੇ ਹੁੰਦੇ ਨੇ ਦੋ ਦੋ ਸਟ੍ਰੈਪਾਂ ਪਾ ਲਵੇ ਤਿੰਨ ਤਿੰਨ ਮੂਹਰਲੀਆਂ ਦੇ ਪਿਛਲੀਆਂ ਦੇ ਪਾ ਲਵੇ ਅਤੇ ਕਾਰਨਰ ਇਹਦੇ ਵਿੱਚ ਜ਼ਰੂਰੀ ਹੁੰਦੇ ਨੇ ਕਿਉਂਕਿ ਇਨਸੂਲੇਸ਼ਨ ਆ ਬਾਕੀ ਇੱਕ ਹੋਰ ਗੱਲ ਆ ਜਿਹੜੀ ਯਾਦ ਰੱਖਣ ਵਾਲੀ ਵੀ ਇਹਨੂੰ ਬਾਹਲਾ ਜ਼ਿਆਦਾ ਟਾਈਟ ਨਾ ਕਰੇ ਕਿਉਂਕਿ ਜਦੋਂ ਜ਼ਿਆਦਾ ਟਾਈਟ ਕਰਦੇ ਆ ਇਹ ਉਹ ਹੋ ਜਾਂਦੀ ਆ ਸੁੰਗੜੇ ਜਾਂਦੀ ਆ ਉੱਪਰੋਂ ਫਿਰ ਕਸਟਮਰ ਐਵੇਂ ਧੱਤੇ ਹੁੰਦੇ ਨੇ ਸੋ ਬਾਕੀ ਐਡੀ ਕੋਈ ਵੱਡੀ ਗੱਲ ਨਹੀਂ ਹੈਗੀ ਇਹ ਲੋਡ ਬਹੁਤ ਹੀ ਸੌਖਾ ਹੈ ਅਤੇ ਤੀਜੀ ਇੱਕ ਬਹੁਤ ਜ਼ਰੂਰੀ ਗੱਲ ਆ ਜਿਹੜੀ ਤੁਸੀਂ ਯਾਦ ਰੱਖਣੀ ਆ ਉਹ ਮੈਂ ਤੁਹਾਨੂੰ ਦਿਖਾ ਦਿੰਦਾ ਹੈ ਵੀ ਜਿਹੜੀਆਂ ਬੈਲਟਾਂ ਨੇ ਜਦੋਂ ਵੀ ਕਦੇ ਉੱਚਾ ਲੋਡ ਹੁੰਦਾ ਇਹ 'ਚ ਬਲ ਜ਼ਰੂਰ ਪਾ ਦੇਣਾ ਹੁਣ ਇਹਦਾ ਰੀਜ਼ਨ ਇਹ ਹੁੰਦਾ ਹੈ ਵੀ ਜਦੋਂ ਤੁਸੀਂ ਬਲ ਪਾ ਦਿੰਦੇ ਹੋ ਫਿਰ ਜਦੋਂ ਹਵਾ ਚੱਲਦੀ ਆ ਫਿਰ ਇਹਨਾਂ ਦੇ ਵਿੱਚ ਥੜ 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 ਨਹੀਂ ਹੁੰਦੀ ਹਿਲਦੀਆਂ ਨਹੀਂ ਅਤੇ ਜਦੋਂ ਹਿਲਦੀਆਂ ਨੇ ਫਿਰ ਢਿੱਲੀਆਂ ਹੋ ਜਾਂਦੀਆਂ ਨੇ ਹੁਣ